ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਜੀ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, 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 ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਬੜਾ ਪਿਆਰਾ ਸ਼ਬਦ ਸਾਸਨ ਔਰ ਕਮਾਲ ਦਾ ਗਿਆਨ ਸਤਿਗੁਰੂ ਜੀ ਨੇ ਦਿੱਤਾ ਜੀ, ਕਮਾਲ ਦਾ ਗਿਆਨ। ਸਾਹਿਬ ਕਹਿੰਦੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਪਹਿਲੇ ਨਾਮ ਦੀ ਜਾਚਨਾ ਕੀਤੀ ਹੈ ਜੀ, ਫਿਰ ਨਾਮ ਦੀ ਵਡਿਆਈ ਉਹ ਦੱਸੀ, ਨਾਮ ਜਪਣਾ ਕਿੰਨਾ ਕੁ ਜ਼ਰੂਰੀ ਹੈ ਉਹ ਸਾਰਾ ਦ੍ਰਿਸ਼ ਸਾਡੇ ਸਾਹਮਣੇ ਸਤਸੰਗ ਲਿਆ ਕੇ ਰੱਖ ਦਿੱਤਾ। ਇੱਕ ਬੰਦਾ ਕਵੇ ਵੀ ਨਾਮ ਜਪੀਏ ਤੇ ਲਾਭ ਹੁੰਦਾ, ਠੀਕ ਹੈ, ਪਰ ਕਹਿੰਦੇ ਜੇ ਨਾਮ ਨਾ ਜਪਾਂ ਤੇ ਕੋਈ ਨੁਕਸਾਨ ਵੀ ਹੈ, ਕੋਈ ਨੁਕਸਾਨ ਵੀ ਹੈ। ਤੇ ਸਾਹਿਬ ਕਹਿਣ ਲੱਗੇ ਕਹਿੰਦੇ ਜੇ ਜਪੇਗਾ ਤੇ ਭਲਾ, ਨਹੀਂ ਜਪੇਗਾ ਤੇ ਛੂਟ ਨਹੀਂ ਦਿੱਤੀ, ਨਹੀਂ ਜਪੇਗਾ ਤੇ ਕਹਿੰਦੇ ਆਹ ਨੁਕਸਾਨ ਝੱਲਣਾ ਪਏਗਾ ਜਿਹੜਾ ਆਹ ਸ਼ਬਦ ਦੇ ਵਿੱਚ ਹੁਣ ਦੱਸਿਆ ਹੈ ਜੀ, ਮਤਲਬ ਛੁੱਟ ਨਹੀਂ ਸਕਦੇ। ਆਪਾਂ ਜੇ ਕਹਿੰਦੇ ਹਾਂ ਨਾ ਕਿ ਨਾਮ ਜਪੀਏ ਤੇ ਬਹੁਤ ਲਾਭ ਹੈ, ਇੱਕ ਬੰਦਾ ਕਹੇ ਜੀ ਮੈਨੂੰ ਨਹੀਂ ਲਾਭ ਚਾਹੀਦਾ, ਮੈਂ ਨਹੀਂ ਜਪਦਾ, ਜੇ ਲਾਭ ਨਹੀਂ ਮਿਲਣਾ ਫਿਰ ਨੁਕਸਾਨ ਜ਼ਰੂਰ ਮਿਲੇਗਾ। ਆਖੋ ਸਤਨਾਮ, ਨਾਮ ਨਾ ਜਪ ਕੇ, ਨਾਮ ਨਾ ਜਪ ਕੇ ਮਤਲਬ ਆਪਸ਼ਨ ਦਿੱਤੀ ਨਹੀਂ ਹੈ ਜੀ ਕਿ ਤੂੰ ਜਪਣਾ ਕਿ ਨਹੀਂ ਜਪਣਾ, ਤੇਰੀ ਮਰਜ਼ੀ, ਨਾ ਨਾ ਜਪਣਾ ਹੀ ਪੈਣਾ ਹੈ, ਜੇ ਨਹੀਂ ਜਪੇਗਾ ਫਿਰ ਆ ਭੁਗਤਾਨ ਭੁਗਤਣੇ ਪੈਣੇ ਨੇ। ਔਰ ਮੈਂ ਨਹੀਂ ਕਹਿ ਰਿਹਾ, ਇਹ ਸਾਹਿਬ ਕਹਿ ਰਹੇ ਨੇ, ਸਤਸੰਗ ਜੀ ਸਾਹਿਬ ਕਹਿ ਰਹੇ, ਕਹਿੰਦੇ ਨਾਮ ਬਿਨਾ ਤ੍ਰਿਗ ਤ੍ਰਿਗ ਅਸਨਿਓ, ਜਿੰਨਾ ਨਿਓ ਤੂੰ ਲਾ ਬੈਠਾ ਪਦਾਰਥਾਂ ਦੇ ਨਾਲ, ਪਰਿਵਾਰ ਦੇ ਨਾਲ, ਰਿਸ਼ਤੇਦਾਰੀ ਦੇ ਨਾਲ, ਕਹਿੰਦੇ ਜੇ ਪੱਲੇ ਨਾਮ ਨਹੀਂ, ਨਾਮ ਵਿਸਾਰ ਕੇ ਨਿਓ ਲਾਇਆ ਤੇ ਕਹਿੰਦੇ ਉਹ ਨਿਓ ਤੇਰਾ ਤ੍ਰਿਗ ਹੈ। ਆਖੋ ਸਤਨਾਮ, ਤ੍ਰਿਗ ਸੌ ਵਾਰੀ ਫਿੜੇ ਮੂੰਹ ਕਹਿ ਦਈਏ ਤੇ ਇੱਕ ਤ੍ਰਿਗ ਬਣਦਾ ਜੀ,
ਤੇ ਬਹੁਤ ਕੋਈ ਮਾੜਾ ਕੰਮ ਕਰੇ ਤਾਂ ਆਪਾਂ ਕਹਿੰਦਾ ਫੜੇ ਮੂੰਹ ਤੇਰੇ, ਹੈ ਨਾ, ਇੱਦਾਂ ਹੀ ਕਹਿੰਦੇ। ਸੌ ਵਾਰੀ ਫੜੇ ਮੂੰਹ ਕਹੀਏ ਤੇ ਇੱਕ ਤ੍ਰਿਗ ਬਣਦਾ। ਇਹ ਤਾਂ ਮਹਾਰਾਜ ਨੇ ਤ੍ਰਿਗ ਤ੍ਰਿਗ ਕਹਿਤਾ। ਨਿਉਂ ਲਾਣਾ ਕੋਈ ਮਾੜੀ ਗੱਲ ਨਹੀਂ, ਪਰ ਕਹਿੰਦੇ ਜੇ ਨਾਮ ਵਿਸਾਰ ਕੇ ਤੇ ਕਹਿੰਦੇ ਫਿਰ ਮਾੜੀ ਗੱਲ। ਮਤਲਬ ਨਾਮ ਜਪਣਾ ਤੇ ਲਾਭ ਹੈ, ਨਾਮ ਨਹੀਂ ਜਪਣਾ ਤੇ ਕਹਿੰਦੇ ਨੁਕਸਾਨ ਹੈ। ਹੁਣ ਕਿਹੜਾ ਕਿਹੜਾ ਨੁਕਸਾਨ ਝੱਲਣਾ ਪੈਣਾ ਸੁਣੇ। ਕਹਿੰਦੇ ਨਾਮ ਬਿਨਾ ਜੋ ਪੈਰ ਹੈ ਖਾਏ, ਜੋ ਨਾਮ ਜਪੇ ਬਿਨਾ ਵਸਤਰ ਪਾਉਂਦਾ ਹੈ ਭੋਜਨ ਖਾਂਦਾ ਹੈ। ਆਖੋ ਸਤਨਾਮ ਪਹਿਰ ਹੈ ਖਾਏ। ਨਾਮ ਨਹੀਂ ਜਪਦਾ ਕੋਈ, ਅੰਮ੍ਰਿਤ ਵੇਲੇ ਬੰਦਗੀ ਨਹੀਂ ਕਰਦਾ, ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਤੇ ਸਿਮਰਨ ਕੀਤੇ ਬਿਨਾਂ, ਜਪਜੀ ਸਾਹਿਬ ਕੀਤੇ ਬਿਨਾਂ, ਬਾਣੀ ਪੜ੍ਹੇ ਬਿਨਾਂ ਜੇ ਕੋਈ ਰੋਟੀ ਖਾ ਲੈਂਦਾ, ਜੇ ਕੋਈ ਕੱਪੜੇ ਪਾ ਲੈਂਦਾ, ਤੇ ਮਹਾਰਾਜ ਅੱਗੇ ਕੀ ਕਹਿੰਦੇ, ਕਹਿੰਦੇ ਜਿਉਂ ਕੂਕਰ ਜੂਠਨ ਮੈਂ ਪਾਏ। ਆਖੋ ਸਤਨਾਮ। ਜਿਵੇਂ ਇੱਕ ਕੁੱਤਾ, ਮੈਨੂੰ ਬਖਸ਼ ਲੈਣਾ, ਆਹੀ ਲਫ਼ਜ਼ ਵਰਤਿਆ ਜੀ, ਕੂਕਰ, ਕੂਕਰ ਕਹਿੰਦੇ ਕੁੱਤੇ ਨੂੰ। ਕਹਿੰਦੇ ਜਿਵੇਂ ਇੱਕ ਕੁੱਤਾ ਜੂਠੇ ਦੇ ਵਿੱਚ ਮੂੰਹ ਮਾਰਦਾ ਨਾ, ਜੂਠਣ ਦੇ ਵਿੱਚ, ਜੂਠਣ ਦੇ ਵਿੱਚ ਮੂੰਹ ਮਾਰਦਾ, ਕਾਹਦੀ ਇੱਜ਼ਤ ਹੈ ਜੀ, ਕਾਹਦੀ ਇੱਜ਼ਤ ਹੈ। ਕਦੇ ਇੱਧਰ ਮੂੰਹ ਮਾਰਦਾ ਫਿਰਦਾ ਗੰਦ ਦੇ ਵਿੱਚ, ਕਦੇ ਉੱਧਰ ਮੂੰਹ ਮਾਰਦਾ ਫਿਰਦਾ ਜੂਠਣ ਦੇ ਵਿੱਚ ਗੰਦ ਦੇ ਵਿੱਚ। ਕਹਿੰਦੇ ਉਹ ਹਾਲਤ ਹੈ ਉਸ ਬੰਦੇ ਦੀ, ਕੰਪੇਅਰ ਦੇਖੋ ਮਹਾਰਾਜ ਨੇ ਕਿਹਦੇ ਨਾਲ ਕੀਤਾ ਜੀ, ਤ੍ਰਿਗ ਲਾਣਤ ਹੈ ਜੀ ਐਸੇ ਜੀਵਨ ਦੇ ਵਿੱਚ ਜਿਸ ਜੀਵਨ 'ਚ ਨਾਮ ਨਹੀਂ। ਮੈਂ ਨਹੀਂ ਕਹਿ ਰਿਹਾ, ਸਾਹਿਬ ਕਹਿ ਰਹੇ, ਮਤ ਕਹਿਣਾ ਭਾਈ ਗੁਰਸ਼ਰਨ ਸਿੰਘ ਕਹਿ ਰਹੇ ਨਾ, ਤ੍ਰਿਗ ਤ੍ਰਿਗ ਕਿਹਾ। ਔਰ ਸਤਿਗੁਰ ਜੀ ਜਿਹਨੂੰ ਤ੍ਰਿਗ ਕਹਿ ਦੇਣ, ਸਤਿਗੁਰ ਜੀ ਜਿਹਨੂੰ ਲਾਂਤੀਆ ਕਹਿ ਦੇਣ, ਕਿੱਥੇ ਢੋਈ ਪਾਏਗਾ ਜੀ, ਕਿੱਥੇ ਢੋਈ ਪਾਏਗਾ। ਸਿੱਧੀ ਜੀ ਗੱਲ ਹੈ, ਨਾਮ ਜਪਣਾ ਹੀ ਪੈਣਾ, ਛੁੱਟ ਨਹੀਂ ਸਕਦਾ, ਛੁੱਟ ਨਹੀਂ ਸਕਦਾ ਜੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਛੁਟਕਾਰਾ ਹੈ ਹੀ ਨਹੀਂ। ਫਿਰ ਅਗਲੀ ਪੰਕਤੀ 'ਚ ਕਹਿੰਦੇ ਨੇ, ਕਹਿੰਦੇ ਨਾਮ ਬਿਨਾਂ ਜੇਤਾ ਵਿਵਹਾਰ, ਜੇ ਨਾਮ ਤੋਂ ਬਿਨਾਂ ਤੇਰੇ ਵਿਵਹਾਰ ਨੇ, ਜਿਹੜਾ ਤੂੰ ਵਿਵਹਾਰ ਕਰਦਾ ਹੈ ਉਹਦੇ 'ਚ ਨਾਮ ਨਹੀਂ, ਨਾਮ ਤੋਂ ਵਿਹੂਣੇ ਨੇ। ਕਹਿੰਦੇ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਜਿਵੇਂ ਮ੍ਰਿਤਕ ਨੂੰ ਸ਼ਿੰਗਾਰ ਕਰ ਦਈਏ, ਸੋਹਣਾ ਬਣਾ ਦਈਏ ਮ੍ਰਿਤਕ ਨੂੰ, ਮ੍ਰਿਤਕ ਦੇਹੀ ਨੂੰ ਸਜਾ ਦਈਏ, ਕਹਿੰਦੇ ਕੀ ਫਾਇਦਾ ਜੀ, ਕੀ ਅਰਥ, ਉਹਨੂੰ ਤਾਂ ਫੂਕ ਹੀ ਦਿੱਤਾ ਜਾਣਾ ਹੈ। ਆਹੋ ਸਤਨਾਮ, ਉਹਦੇ ਸ਼ਿੰਗਾਰ ਦਾ ਕੋਈ ਮਤਲਬ ਨਹੀਂ। ਜੇ ਤੇਰੇ ਵਿਵਹਾਰ ਨਾਮ ਤੋਂ ਵੀ ਹੋਣੇ ਨੇ, ਸਾਹਿਬ ਕਹਿੰਦੇ ਤੂੰ ਉਹ ਮ੍ਰਿਤਕ ਦੀ ਤਰ੍ਹਾਂ ਹੈ, ਮੁੜਦਾ ਹੀ ਗਿਣ ਦਿੱਤਾ ਹੈ ਜੀ, ਮੁੜਦਾ ਹੀ ਗਿਣ ਦਿੱਤਾ ਹੈ। ਕਹਿੰਦੇ ਤੂੰ ਫਿਰ ਉਸ ਮੁੜਦੇ ਦੀ ਤਰ੍ਹਾਂ ਹੈ, ਜਿਸ ਮੁੜਦੇ ਨੂੰ ਸ਼ਿੰਗਾਰ ਜਿੰਨਾ ਮਰਜ਼ੀ ਕਰ ਲਓ, ਫਾਇਦਾ ਕੀ ਹੈ, ਅਖੀਰ ਫੂਕ ਦਿੱਤਾ ਜਾਣਾ। ਆਖੋ ਸਤਨਾਮ, ਕੋਈ ਕੀਮਤ ਨਹੀਂ ਪਾਈ ਜੀ, ਕੋਈ ਕੀਮਤ ਨਹੀਂ ਪਾਈ ਨਾਮ ਤੋਂ ਵਿਹੂਣੇ ਜੀਵਨ ਦੀ। ਫਿਰ ਮਹਾਰਾਜ ਕਹਿੰਦੇ ਨੇ,
ਕਹਿੰਦੇ ਨਾਮ ਬਿਨਾ ਕਰੇ ਰਸ ਭੋਗ। ਜਿਹੜੇ ਪਦਾਰਥਾਂ ਦੇ ਆਪਾਂ ਰਸ ਮਾਣਦੇ ਹਾਂ, ਭੋਗ ਕਰਦੇ ਹਾਂ, ਭੋਗਦੇ ਹਾਂ ਪਦਾਰਥਾਂ ਨੂੰ, ਕਿਤੇ ਆਪਾਂ ਗੱਡੀ ਦਾ ਸੁੱਖ ਲੈ ਰਹੇ ਹਾਂ, ਗੱਡੀ ਕਿਹਦੀ ਦਿੱਤੀ ਹੈ ਜੀ? ਉਹ ਰੱਬ ਦੀ ਦਿੱਤੀ ਨਿਆਮਤ ਹੈ, ਮਾਲਕ ਨੇ ਮਾਇਆ ਦਿੱਤੀ ਤੇ ਗੱਡੀ ਲੈ ਸਕੇ ਹਾਂ ਨਾ ਜੀ, ਮਾਲਕ ਨੇ ਮਾਇਆ ਦਿੱਤੀ ਤੇ ਕੱਪੜੇ ਲੈ ਸਕੇ ਹਾਂ ਨਾ, ਮਾਲਕ ਨੇ ਮਾਇਆ ਦਿੱਤੀ ਤੇ ਘਰ ਲੈ ਸਕੇ ਹਾਂ ਨਾ, ਮਾਲਕ ਨੇ ਮਾਇਆ ਦਿੱਤੀ ਤੇ ਸੁੱਖ ਪਦਾਰਥ ਲੈ ਲਏ ਨਾ। ਜੇ ਮਾਲਕ ਮਾਇਆ ਦਿੰਦੇ ਹੀ ਨਹੀਂ ਤੇ ਸੁੱਖ ਪਦਾਰਥ ਕਿਵੇਂ ਲੈਂਦੇ ਜੀ? ਕਿਵੇਂ ਪਦਾਰਥਾਂ ਦਾ ਰਸ ਭੋਗਦੇ? ਸਾਹਿਬ ਕਹਿਣ ਲੱਗੇ, ਕਹਿੰਦੇ ਨਾਮ ਬਿਨਾਂ ਕਰੇ ਰਸ ਭੋਗ। ਜੇ ਨਾਮ ਤੋਂ ਵਿਹੂਣਾ ਪਦਾਰਥਾਂ ਦਾ ਰਸ ਭੋਗਦਾ ਏ, ਪਦਾਰਥਾਂ ਨੂੰ ਭੋਗਦਾ ਏ, ਪਦਾਰਥਾਂ ਨੂੰ ਮਾਣਦਾ ਏ ਔਰ ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ, ਸ਼ੁਕਰਾਨਾ ਨਹੀਂ ਕਰਦਾ, ਸਾਹਿਬ ਕਹਿੰਦੇ ਨੇ, ਕਹਿੰਦੇ ਸੁੱਖ ਸੁਪਨੇ ਨਹੀਂ ਤਨ ਮੈਂ ਰੋਗ। ਦੋ ਚੀਜ਼ਾਂ ਕਹੀਆਂ ਜੀ, ਮਤਲਬ ਮੰਨ ਲਓ ਇਉਂ ਜਿਵੇਂ ਇੱਕ ਇਧਰੋਂ ਪੈ ਰਹੀ ਹੈ ਤੇ ਇੱਕ ਇਧਰੋਂ ਪੈ ਰਹੀ ਹੈ, ਮਤਲਬ ਧਾੜ ਧਾੜ ਪੈ ਰਹੀਆਂ। ਸੁੱਖ ਸੁਪਨੇ ਨਹੀਂ, ਇੱਕ ਥੱਪੜ ਮਾਰਿਆ, ਸੁੱਖ ਸੁਪਨੇ ਨਹੀਂ ਤਨ ਮੈਂ ਰੋਗ, ਦੂਜਾ ਦੂਜੀ ਚਪੇੜ ਠੋਕੀ। ਇੰਨੇ ਸਖਤ ਬਚਨ ਕਹਿ ਰਹੇ ਨੇ, ਇੰਨੇ ਸਖਤ ਬਚਨ, ਕੋਈ ਲਿਹਾਜ ਨਹੀਂ ਕੀਤਾ, ਰੱਤੀ ਭਰ ਦਾ ਵੀ ਲਿਹਾਜ ਨਹੀਂ ਕੀਤਾ। ਮਹਾਰਾਜ ਕਹਿੰਦੇ ਲਿਹਾਜ ਕਰਾਂਗਾ ਹੀ ਨਹੀਂ ਜੇ ਨਾਮ ਨਹੀਂ ਜਪੇਗਾ। ਨਾਮ ਜਪ ਤੇ ਖੁਸ਼ੀਆਂ ਦੇ ਨਾਲ, ਖੇੜੇ ਦੇ ਨਾਲ ਤੇਰੇ ਵਿਹੜੇ ਭਰ ਦਿਆਂਗਾ, ਤੇਰੀ ਝੋਲੀ ਭਰ ਦਿਆਂਗਾ। ਨਾਮ ਵਿਸਾਰ ਕਰੇ ਰਸ ਭੋਗ, ਕਹਿੰਦੇ ਸੁੱਖ ਸੁਪਨੇ ਨਹੀਂ, ਕਹਿੰਦੇ ਸੁਪਨੇ ਦੇ ਵਿੱਚ ਵੀ ਤੈਨੂੰ ਸੁੱਖ ਨਹੀਂ ਦਿਆਂਗਾ। ਸਾਹਿਬ ਕਹਿੰਦੇ ਸੁਪਨੇ ਦੇ ਵਿੱਚ ਵੀ ਤੈਨੂੰ ਸੁੱਖ ਨਹੀਂ ਹੋਏਗਾ, ਸੁੱਖ ਸੁਪਨੇ ਨਹੀਂ। ਕਹਿੰਦੇ ਤਨ ਮੈਂ ਰੋਗ, ਤਨ ਦੇ ਵਿੱਚ ਰੋਗ ਵੱਖਰੇ ਪੈਣਗੇ। ਆਖੋ ਸਤਨਾਮ, ਮੈਂ ਡਰਾ ਨਹੀਂ ਰਿਹਾ ਜੀ, ਨਾ ਸਤਿਗੁਰੂ ਡਰਾ ਰਹੇ ਨੇ, ਅਗਾਹ ਕਰ ਰਹੇ ਨੇ ਸਤਿਗੁਰੂ। ਆਖੋ ਸਤਨਾਮ, ਅਗਾਹ ਕਰ ਰਹੇ ਨੇ। ਇੰਨੀ ਵਾਰੀ ਅਗਾਹ ਕਰਨ ਤੋਂ ਬਾਅਦ ਵੀ ਜੇ ਬੰਦਾ ਨਾਮ ਨਾ ਜਪੇ, ਫਿਰ ਜਦੋਂ ਜੀਵਨ 'ਚ ਦੁੱਖ ਆਉਣਗੇ ਤੇ ਫਿਰ ਸਾਹਿਬ ਨੇ ਕਹਿਣਾ, ਮੈਂ ਤਾਂ ਤੈਨੂੰ ਸੁਚੇਤ ਕੀਤਾ ਸੀ ਨਾ ਜੀ, ਮੈਂ ਤਾਂ ਤੈਨੂੰ ਅਗਾਹ ਕਰਦਾ ਰਿਹਾ, ਉਹ ਭਾਈ ਹੁਣ ਤੂੰ ਹੀ ਨਾ ਜਪੇ ਤੇ ਦੱਸ। ਸਾਹਿਬ ਕਹਿਣਗੇ, ਸਾਡਾ ਕੀ ਕਸੂਰ, ਇੰਨਾ ਅਗਾਹ ਕਰ ਰਹੇ ਨੇ ਮਹਾਰਾਜ। ਸੁੱਖ ਸੁਪਨੇ ਨਹੀਂ ਤਨ ਮੈਂ ਰੋਗ, ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲੇਗਾ, ਕਹਿੰਦੇ ਉਹ ਤਾਂ ਛੱਡ, ਕਹਿੰਦੇ ਤਨ ਦੇ ਵਿੱਚ ਰੋਗ ਵੱਖਰੇ ਪੈਣਗੇ। ਆਖੋ ਸਤਨਾਮ, ਵਾਹਿਗੁਰੂ ਜੀ, ਪੱਲੇ ਨਾਮ ਨਹੀਂ ਜੀ। ਫਿਰ ਕਹਿੰਦੇ ਨਾਮ ਤਿਆਗ ਕਰੇ ਅਨ ਕਾਜ, ਕਾਜ ਕਹਿੰਦੇ ਨੇ ਕੰਮ ਨੂੰ, ਕਹਿੰਦੇ ਜੇ ਨਾਮ ਨੂੰ ਤਿਆਗ ਕੇ ਤੂੰ ਸਾਰੇ ਕੰਮ ਕਰਦਾ ਰਿਹਾ, ਸਾਰੇ ਕੰਮ ਚੇਤੇ ਰਹੇ, ਇੱਕ ਨਾਮ ਹੀ ਵਿਸਾਰ ਦਿੱਤਾ ਜੀ। ਆਖੋ ਸਤਨਾਮ, ਸਾਰੇ ਕੰਮ ਚੇਤੇ ਰਹੇ, ਸਾਰੇ ਕੰਮ ਯਾਦ ਰਹੇ, ਇੱਕ ਨਾਮ ਵਿਸਾਰ ਦਿੱਤਾ। ਨਾਮ ਨੂੰ ਅਹਿਮੀਅਤ ਨਹੀਂ ਦਿੱਤੀ, ਕੰਮ ਨੂੰ ਅਹਿਮੀਅਤ ਦਿੱਤੀ।
ਬੇਸ਼ੱਕ ਕੰਮ ਕਰੋ, ਜਿੰਨਾ ਮਰਜ਼ੀ ਕੰਮ ਕਰੋ, ਜਿਹੜਾ ਮਰਜ਼ੀ ਕੰਮ ਕਰੋ, ਪਰ ਨਾਮ ਜਪ ਕੇ। ਆ ਦੋ ਢਾਈ ਘੰਟੇ ਅੰਮ੍ਰਿਤ ਵੇਲਾ ਗੁਰੂ ਨਾਨਕ ਨੂੰ ਦੇ ਕੇ ਕਰੋ ਨਾ ਫਿਰ ਕੰਮ ਸਾਧ ਸੰਗਤ ਜੀ, ਬੈਠੋ ਹੱਟੀ 'ਚ, ਮੁਬਾਰਕ ਹੈ ਤੁਹਾਡੀ ਹੱਟੀ ਵੀ, ਕਰੋ ਨੌਕਰੀਆਂ ਜਿੱਥੇ ਮਰਜ਼ੀ ਕਰੋ, ਮੁਬਾਰਕ ਹੈ, ਜਿਹੜਾ ਮਰਜ਼ੀ ਕੰਮ ਕਿਵੇਂ ਮਰਜ਼ੀ ਫਿਰ ਕਰੀ ਚੱਲੋ, ਕੰਮ ਫਿਰ ਕੋਈ ਮਾੜਾ ਨਹੀਂ ਜੇ ਅੰਮ੍ਰਿਤ ਵੇਲਾ ਗੁਰੂ ਨਾਨਕ ਨੂੰ ਦਿੱਤਾ ਹੋਵੇ। ਆਖੋ ਸਤਨਾਮ। ਨਾਮ ਤਿਆਗ ਕਰੇ ਅਨ ਕਾਜ, ਜੇ ਨਾਮ ਤਿਆਗ ਕੇ ਹੋਰ ਹੋਰ ਕੰਮ ਕਰਦਾ ਰਿਹਾ, ਨਾਮ ਤਿਆਗ ਕੇ ਜੇ ਹੋਰ ਹੋਰ ਕੰਮ ਕਰਦਾ ਰਿਹਾ, ਸਾਹਿਬ ਕਹਿੰਦੇ ਬਿਨਸ ਜਾਏ ਝੂਠੇ ਸਭ ਪਾਜ। ਜਿਹਨੇ ਦਿਖਾਵੇ ਕਰਦਾ ਫਿਰਦਾ ਨਾ, ਜਿਹਨੇ ਦਿਖਾਵੇ ਕਰਦਾ ਫਿਰਦਾ, ਮੇਰੀ ਨੱਕ ਰਹਿ ਜਾਏ ਬਸ, ਮੇਰੀ ਨੱਕ ਰਹਿ ਜਾਏ, ਮੇਰਾ ਝੂਠਾ ਮਾਣ ਵੱਧ ਜਾਏ ਬਸ, ਅਡੰਬਰ ਰਚੇ ਪਏ ਨੇ ਆਪਾਂ, ਨੱਕ ਨੂੰ ਹੀ ਲੈ ਕੇ ਤੁਰੀ ਜਾਂਦਾ ਬਸ, ਨੱਕ ਨੂੰ ਲੈ ਕੇ ਤੁਰੀ ਜਾਂਦਾ, ਮੇਰੀ ਨੱਕ ਉੱਚੀ ਹੋਣੀ ਚਾਹੀਦੀ। ਸਾਹਿਬ ਕਹਿੰਦੇ ਨੇ ਬਿਨਸ ਜਾਏ ਝੂਠੇ ਸਭ ਪਾਜ, ਇਹ ਜਿਹੜੇ ਝੂਠੇ ਪਾਜ ਨੇ, ਝੂਠੇ ਵਿਖਾਵੇ ਨੇ ਤੇਰੇ, ਕਹਿੰਦਾ ਸਭ ਉਧੇੜ ਕੇ ਰੱਖ ਦੇਣਗੇ ਮਹਾਰਾਜ। ਆਖੋ ਸਤਨਾਮ। ਮਤਲਬ ਪੜਦੇ ਸਿੱਧੇ ਹੀ ਨੰਗੇ ਹੋ ਜਾਣਗੇ ਜੇ ਪੱਲੇ ਨਾਮ ਨਹੀਂ। ਆਖੋ ਸਤਨਾਮ। ਮਤਲਬ ਜਦੋਂ ਦਾਸ ਨੇ ਆ ਸ਼ਬਦ ਪੜਿਆ ਨਾ ਜੀ, ਕਮਾਲ ਸਤਸੰਗਤ ਜੀ, ਕਮਾਲ, ਮਹਾਰਾਜ ਨੇ ਲਿਹਾਜ ਹੀ ਨਹੀਂ ਕੀਤਾ, ਰੱਤੀ ਭਰ ਦਾ ਲਿਹਾਜ ਨਹੀਂ ਕੀਤਾ ਜੀ, ਇੰਨੀ ਸਖਤੀ, ਇੰਨੀ ਸਖਤੀ, ਇੰਨੀ ਤਾੜਨਾ, ਸਿੱਧੀਆਂ ਚਪੇੜਾਂ ਮਾਰਦੇ ਪਏ ਨੇ, ਸਿੱਧੀਆਂ ਚਪੇੜਾਂ ਜੀ। ਮਤਲਬ ਗੁੱਸਾ ਕਰਨਾ ਇੱਕ ਗੱਲ, ਹੋਰ ਹੁੰਦੀ ਹੈ ਇੱਕ ਸਿੱਧੀ ਚਪੇੜ ਮਾਰਨੀ, ਆ ਸ਼ਬਦ ਉਹ ਹੈ। ਫਿਰ ਵੀ ਜੇ ਆਪਾਂ ਸਾਧ ਸੰਗਤ ਬਾਜ ਨਾ ਆਈਏ, ਫਿਰ ਵੀ ਆਪਾਂ ਨਾਮ ਨਾ ਜਪੀਏ, ਤੇ ਫਿਰ ਤਾਂ ਸਜ਼ਾ ਦੇ ਹੱਕਦਾਰ ਹਾਂ ਜੀ, ਫਿਰ ਵੈਲਿਡ ਹੈ ਕੰਮ। ਆਖੋ ਸਤਨਾਮ। ਫਿਰ ਸਜ਼ਾ ਦੇ ਹੱਕਦਾਰ ਹਾਂ ਜੇ ਇੰਨੇ ਸਮਝਾਏ ਤੇ ਵੀ, ਸਤਿਗੁਰੂ ਦੇ ਇੰਨੇ ਸਮਝਾਏ ਤੇ ਵੀ ਨਾਮ ਨਾ ਜਪੀਏ। ਤੁਸੀਂ ਕਿਸੇ ਨੂੰ ਇੱਕ ਗੱਲ ਬੋਲੀ, ਆ ਕੰਮ ਕਰਦੇ, ਉਹਨੇ ਨਹੀਂ ਮੰਨਿਆ, ਤੁਸੀਂ ਫਿਰ ਦੁਬਾਰਾ ਬੋਲਿਆ ਯਾਰ ਆ ਕੰਮ ਕਰਦੀ, ਤੈਨੂੰ ਕਿਹਾ ਨਾ, ਉਹਨੇ ਫਿਰ ਨਹੀਂ ਕੀਤਾ, ਤੁਸੀਂ ਤੀਜੀ ਵਾਰੀ ਕਿਹਾ, ਉਹਨੇ ਫਿਰ ਨਹੀਂ ਕੀਤਾ, ਤੁਸੀਂ ਚੌਥੀ ਵਾਰੀ ਕਿਹਾ, ਤੈਨੂੰ ਸਮਝ ਨਹੀਂ ਆਉਂਦੀ, ਤੈਨੂੰ ਕਿਹਾ ਇਹ ਕੰਮ ਕਰਦੇ, ਹੁਣ ਇਹ ਟੋਨ ਆ ਜਾਏਗੀ ਚੌਥੀ ਵਾਰੀ 'ਚ, ਆਹ ਟੋਨ, ਤੈਨੂੰ ਸਮਝ ਨਹੀਂ ਆਉਂਦੀ, ਦਿਮਾਗ ਪਾਗਲ ਹੈ ਤੇਰਾ, ਤੈਨੂੰ ਕਿਹਾ ਆਹ ਕੰਮ ਕਰਦੇ, ਉਹਨੇ ਫਿਰ ਨਹੀਂ ਕੀਤਾ। ਆਖੋ ਸਤਨਾਮ। ਹੁਣ ਕੀ ਕਰੋਗੇ, ਹੁਣ ਕੀ ਚਾਰਾ ਰਹਿ ਜਾਏਗਾ? ਇਹ ਤਾਂ ਚਾਰ ਵਾਰੀ ਦੀ ਮੈਂ ਗੱਲ ਕੀਤੀ ਹੈ, ਇੱਥੇ ਤਾਂ ਪਤਾ ਨਹੀਂ ਲੱਖਾਂ ਵਾਰੀ ਗੁਰੂ ਨਾਨਕ ਨੇ ਸਾਨੂੰ ਸਮਝਾਤਾ, ਨਾਮ ਜਪ ਲੈ, ਨਾਮ ਜਪ ਲੈ, ਨਾਮ ਜਪ ਲੈ, ਨਾਮ ਜਪ ਲੈ, ਫਿਰ ਨਹੀਂ ਜਪਦੇ ਪਏ। ਆਖੋ ਸਤਨਾਮ। ਫਿਰ ਨਹੀਂ ਜਪਦੇ, ਸਾਡੀ ਗੱਲ ਕੋਈ ਚਾਰ ਵਾਰੀ ਨਾ ਮੰਨੇ ਸਾਡੀ ਟੋਨ, ਤੇ ਪੰਜਵੀਂ ਵਾਰੀ ਨਾ ਮੰਨੇ ਤੇ ਹਰਕਤ ਕਿਹੋ ਜਿਹੀ ਹੋਏਗੀ ਜੀ? ਖਾਲੀ ਚਾਰ ਪੰਜ ਵਾਰੀ ਦੀ ਮੈਂ ਗੱਲ ਕੀਤੀ ਹੈ, ਇੱਥੇ ਤਾਂ ਪਤਾ ਨਹੀਂ ਲੱਖਾਂ ਵਾਰੀ, ਮੈਂ ਹਜ਼ਾਰਾਂ ਵਾਰੀ ਨਹੀਂ ਕਿਹਾ।
ਲੱਖਾਂ ਵਾਰੀ ਆਪਾਂ ਸੁਣ ਚੁੱਕੇ ਹਾਂ ਕਿ ਨਾਮ ਤੋਂ ਬਿਨਾਂ ਢੋਈ ਨਹੀਂ, ਨਾਮ ਤੋਂ ਬਿਨਾਂ ਢੋਈ ਨਹੀਂ, ਨਾਮ ਜਪੋ ਭਾਈ ਨਾਮ ਜਪੋ, ਸਤਿਗੁਰੂ ਕਹਿੰਦੇ ਨਾਮ ਜਪੋ ਲੱਖਾਂ ਵਾਰੀ, ਅਤੇ ਦੱਸੋ ਫਿਰ ਸਾਡਾ ਹਾਲ ਕੀ ਹੋਏਗਾ ਜੀ ਜੇ ਫਿਰ ਵੀ ਨਾ ਨਾਮ ਜਪੀਏ, ਫਿਰ ਵੀ ਨਾ ਨਾਮ ਜਪੀਏ। ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਆਖੋ ਸਤਨਾਮ, ਨਾਮ ਸੰਗ ਮਨ ਪ੍ਰੀਤ ਨਾ ਲਾਵੇ। ਸਾਰਿਆਂ ਦੇ ਨਾਲ ਪ੍ਰੀਤਾਂ ਗੰਢੀਆਂ ਜੀ, ਨਾਮ ਦੇ ਨਾਲ ਪ੍ਰੀਤ ਨਹੀਂ ਗੰਢੀ। ਸ਼ਾਮ ਦਾ ਵੇਲਾ ਰਾਸ ਦਾ ਨਿਕਲ ਗਿਆ, ਨਿਕਲ ਗਿਆ, ਕੋਈ ਦਰਦ ਨਹੀਂ, ਕੋਈ ਦਰਦ ਨਹੀਂ। ਅੰਮ੍ਰਿਤ ਵੇਲਾ ਛੁੱਟ ਗਿਆ, ਛੁੱਟ ਗਿਆ, ਕੋਈ ਦਰਦ ਨਹੀਂ। ਨਿਤਨੇਮ ਛੁੱਟ ਗਿਆ, ਕੋਈ ਦਰਦ ਨਹੀਂ। ਅੰਮ੍ਰਿਤ ਵੇਲਾ ਛੁੱਟ ਗਿਆ, ਕੋਈ ਦਰਦ ਨਹੀਂ। ਬੱਚੇ ਨੂੰ ਸਾਧ ਸੰਗਤ ਬੁਖਾਰ ਹੋ ਜੇ, ਤਪਦਾ ਪਿਆ ਹੋਵੇ, ਸਾਰੀ ਰਾਤ ਤੜਫਦਾ ਹੋਵੇ, ਤਕਲੀਫ 'ਚ ਹੋਵੇ, ਕਿੰਨਾ ਦਰਦ ਹੁੰਦਾ ਹੈ? ਪ੍ਰੀਤ ਹੈ ਨਾ ਜੀ, ਕਿੰਨਾ ਦਰਦ ਹੁੰਦਾ ਹੈ? ਵਪਾਰ ਦੇ ਲਗਾਤਾਰ ਘਾਟੇ ਪੈਣੇ ਸ਼ੁਰੂ ਹੋ ਜਾਣ, ਕਿੰਨਾ ਦਰਦ ਹੁੰਦਾ ਹੈ? ਦੇਈ ਦੇ ਵਿੱਚ ਰੋਗ ਆ ਜੇ, ਕਿੰਨਾ ਦਰਦ ਹੁੰਦਾ ਹੈ? ਪ੍ਰੇਮ ਹੈ ਨਾ, ਪ੍ਰੀਤ ਹੈ ਨਾ ਇਹਨਾਂ ਚੀਜ਼ਾਂ ਦੇ ਨਾਲ? ਨਿਤਨੇਮ ਛੁੱਟਿਆ, ਦਰਦ ਹੋਇਆ ਨਹੀਂ ਹੋਇਆ? ਅੰਮ੍ਰਿਤ ਵੇਲਾ ਛੁੱਟਿਆ, ਦਰਦ ਹੋਇਆ ਨਹੀਂ ਹੋਇਆ? ਰਹਿ ਰਾਜ ਸਾਹਿਬ ਛੁੱਟੀ, ਦਰਦ ਹੋਇਆ ਨਹੀਂ ਹੋਇਆ? ਇਹਦਾ ਮਤਲਬ ਪ੍ਰੀਤ ਹੀ ਨਹੀਂ ਹੈ, ਪ੍ਰੀਤ ਹੀ ਨਹੀਂ ਹੈ। ਜੇ ਪ੍ਰੀਤ ਹੁੰਦੀ ਤਾਂ ਚੀਸ ਉੱਠਦੀ ਜੀ, ਅੰਮ੍ਰਿਤ ਵੇਲਾ ਛੁੱਟਦਾ ਨਾ ਏਦਾਂ, ਹਾਏ ਏਦਾਂ, ਹਾਏ ਏਦਾਂ, ਏਦਾਂ ਹਾਏ ਨਿਕਲਦੀ, ਅੰਦਰ ਹੂਕ ਨਿਕਲਦੀ, ਹਾਏ ਹੂਕ ਨਿਕਲਦੀ। ਸਾਹਿਬ ਕਹਿਣ ਲੱਗੇ, ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ। ਕਹਿੰਦੇ ਕੋਟ ਕਰਮ ਕਰ ਤੋ ਨਰਕ ਜਾਵੇ, ਆਖੋ ਸਤਨਾਮ। ਲੋ ਸਿੱਧਾ ਹੀ ਗੱਲ ਕਰਤੀ, ਕੋਟ ਕਰਮ ਕਰ ਤੋ ਨਰਕ ਜਾਵੇ। ਕੀ ਹਾਲ ਹੋ ਗਿਆ ਜੀ ਸਾਡਾ, ਆਖੋ ਸਤਨਾਮ। ਕਹਿੰਦੇ ਹਰ ਕਾ ਨਾਮ ਜਿਨ ਮਨ ਨਾ ਆਰਾਧਾ, ਜਿਹਨੇ ਨਾਮ ਨਹੀਂ ਆਰਾਧਿਆ, ਹਰ ਕਾ ਨਾਮ ਜਿਨ ਮਨ ਨਾ ਆਰਾਧਾ, ਮਨ ਕਰਕੇ ਨਾਮ ਨਹੀਂ ਜਪਿਆ, ਨਹੀਂ ਜਪਿਆ ਨਾ ਨਾਮ, ਤੇ ਸਾਹਿਬ ਕਹਿੰਦੇ ਨੇ ਚੋਰ ਕੀ ਨਿਆਈ ਜੰਮਪੁਰ ਬਾਧਾ। ਜੇ ਚੋਰ ਨੂੰ ਬੰਨ ਕੇ ਲਿਆਉਂਦੇ ਆ ਨਾ ਹੱਥਕੜੀਆਂ ਦੇ ਨਾਲ, ਪੈਰਾਂ 'ਚ ਬੇੜੀਆਂ ਦੇ ਨਾਲ, ਫਿਰ ਮਾਰ ਮਾਰ ਲਿਆਉਂਦੇ ਆ ਚੋਰ ਨੂੰ, ਹੈ ਨਾ, ਸਜ਼ਾ ਮਿਲਦੀ ਹੈ। ਇਹੀ ਹਾਲ ਹੋਣਾ ਜੇ, ਫਿਰ ਮੈਂ ਕਹਿ ਦਿਆਂ, ਮੈਂ ਕੁਝ ਨਹੀਂ ਕਹਿ ਰਿਹਾ, ਭਾਈ ਗੁਰਸ਼ਰਨ ਸਿੰਘ ਨਹੀਂ ਕਹਿ ਰਿਹਾ, ਐਵੇਂ ਨਾ ਬੋਲਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ। ਕਹਿੰਦੇ ਚੋਰ ਕੀ ਨਿਆਈ ਜੰਮਪੁਰ ਬਾਧਾ, ਜੰਮਪੁਰ ਕਹਿੰਦੇ ਬੰਨ ਕੇ ਤੈਨੂੰ ਲੈ ਕੇ ਜਾਇਆ ਜਾਏਗਾ, ਜਿਵੇਂ ਚੋਰ ਨੂੰ ਬੰਨ ਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਆਖੋ ਸਤਨਾਮ। ਵਾਹਿਗੁਰੂ, ਕਿੱਥੇ ਖੜੇ ਆ ਜੀ, ਕਿੱਥੇ ਖੜੇ ਆ? ਇਹ ਮਨ ਨੂੰ ਸੁਚੇਤ ਕਰੀਏ, ਉਹ ਮਨ
ਜੇ ਨਾਮ ਨਹੀਂ ਜਪਿਆ ਤੇ ਤੇਰੇ ਕੀਤੇ ਸਾਰੇ ਕੰਮ ਨੇ ਫਲ ਨੇ। ਆਖੋ ਸਤਨਾਮ। ਆਉਂ ਕਹਿ ਦਿਓ ਜੇ ਤਤ ਸਾਰ ਕੱਢਾਂ ਨਾ, ਜੇ ਮਨਾ ਨਾਮ ਨਹੀਂ ਜਪਿਆ ਤੇ ਤੇਰਾ ਜੀਵਨ ਹੀ ਨੇ ਫਲ ਗਿਆ। ਲਓ ਜੀ ਗੱਲ ਹੀ ਖਤਮ, ਜੀਵਨ ਹੀ ਨੇ ਫਲ ਗਿਆ। ਆਪਸ਼ਨ ਨਹੀਂ ਦਿੱਤੀ ਕਿ ਨਾਮ ਜਪਣਾ ਤੇ ਜਪ ਲੈ, ਨਹੀਂ ਜਪਣਾ ਤੇ ਨਾ ਜਪ। ਨਾ 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 ਨਾ, ਬਿਲਕੁਲ ਨਹੀਂ ਜੀ, ਬਿਲਕੁਲ ਆਪਸ਼ਨ ਨਹੀਂ ਦਿੱਤੀ। ਨਾਮ ਜਪੇਗਾ ਤੇ ਸਾਹਿਬ ਕਹਿੰਦੇ ਭਲਾ ਹੀ ਭਲਾ। ਕਿੰਨਾ ਸਾਧ ਸੰਗਤ ਭਲਾ ਦੱਸਿਆ ਪੂਰੀ ਬਾਣੀ 'ਚ, ਜਿਹੜਾ ਨਾਮ ਜਪਦਾ ਸਾਧ ਸੰਗਤ, ਪੂਰੀ ਬਾਣੀ 'ਚ ਜਿਹੜਾ ਨਾਮ ਜਪਦਾ ਉਹਨੂੰ ਕਿੰਨੇ ਪਦਾਰਥ ਦਿੱਤੇ, ਕਿੰਨੀਆਂ ਰਹਿਮਤਾਂ ਦਿੰਦੀਆਂ, ਕਿੰਨੇ ਰੁਤਬੇ ਦਿੱਤੇ ਮਹਾਰਾਜ ਨੇ ਜਿਹੜੇ ਨਾਮ ਜਪਦੇ ਨੇ। ਤੇ ਜੇ ਕੋਈ ਕਵੇ ਜੀ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਜੇ ਮੈਂ ਨਾਮ ਨਾ ਜਪਾਂ ਤਾਂ ਫਿਰ, ਕਹਿੰਦੇ ਫਿਰ ਸਜ਼ਾ ਹੀ ਹੈ, ਛੁੱਟ ਨਹੀਂ ਸਕਾਂਗੇ। ਬਿਨ ਹਰ ਭਜਨ ਨਹੀਂ ਛੁਟਕਾਰਾ। ਕਰਮਾ ਵਾਲਿਓ, ਦਾਸ ਵੀ ਆਪਣੀ ਅਰਦਾਸ ਕਰੇ, ਤੁਸੀਂ ਵੀ ਆਪਣੀ ਅਰਦਾਸ ਕਰੋ ਗਰੀਬ ਨਿਵਾਜ, ਮੇਰੀ ਨਿਭ ਜੇ ਤੁਹਾਡੇ ਚਰਨਾਂ ਦੇ ਨਾਲ, ਮੇਰੀ ਨਿਭ ਜੇ ਤੁਹਾਡੇ ਚਰਨਾਂ। ਸ਼ੁਰੂ ਕਰੋ ਸਾਧ ਸੰਗਤ ਬੰਦਗੀ ਕਰਨੀ, ਕੋਈ ਮੂਲ ਮੰਤਰ ਦੇ ਜਾਪ ਸ਼ੁਰੂ ਕਰੋ, ਕੋਈ ਗੁਰਮੰਤਰ ਦੇ ਜਾਪ ਸ਼ੁਰੂ ਕਰੋ, ਕੋਈ ਜਪਜੀ ਸਾਹਿਬ, ਕੋਈ ਚੁਪਈ ਸਾਹਿਬ, ਕੋਈ ਸੁਖਮਨੀ ਸਾਹਿਬ, ਪੱਲਾ ਫੜ ਲਓ ਬਾਣੀ ਦਾ, ਪੱਲਾ ਫੜ ਲਓ ਬਾਣੀ ਦਾ। ਯਕੀਨ ਜਾਣਨਾ ਜੇ ਪੱਲਾ ਬਾਣੀ ਦਾ ਫੜ ਲਿਆ ਫਿਰ ਸਾਹਿਬ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਸਗਲੀ ਚਿੰਤ ਮਿਟਾਈ, ਫਿਰ ਤੇਰੀਆਂ ਚਿੰਤਾਵਾਂ ਗੁਰੂ ਨਾਨਕ ਦੀਆਂ ਹੋ ਗਈਆਂ। ਜੇ ਨਾਮ ਜਪਾਂਗੇ ਤੇ ਸਾਡੀਆਂ ਚਿੰਤਾਵਾਂ ਗੁਰੂ ਨਾਨਕ ਦੀਆਂ ਹੋ ਗਈਆਂ। ਅੰਮ੍ਰਿਤ ਵੇਲਾ ਗੁਰੂ ਨੂੰ ਦੇ ਕੇ ਫਿਰ ਭੋਜਨ ਮੁੱਖ ਨੂੰ ਲਾਵਾਂਗੇ ਤੇ ਸਾਡੀਆਂ ਚਿੰਤਾਵਾਂ ਗੁਰੂ ਦੀਆਂ ਹੋ ਗਈਆਂ, ਗੁਰੂ ਦੀਆਂ ਹੋ ਗਈਆਂ। ਤੁਸੀਂ ਦੇਖਣਾ, ਮਹਿਸੂਸ ਕੀਤਾ ਹੋਏਗਾ, ਜਦੋਂ ਤੁਸੀਂ ਸਾਧਨਾ ਤੋਂ ਬਾਅਦ ਸੌਂਦੇ ਹੋ ਕਿੱਡੀ ਸਕੂਨ ਵਾਲੀ ਨੀਂਦਰ ਆਉਂਦੀ ਹੈ ਜੀ। ਆਖੋ ਸਤਨਾਮ। ਆਉਂਦੀ ਕਿ ਨਹੀਂ ਆਉਂਦੀ? ਕਿੱਡੀ ਸਕੂਨ ਵਾਲੀ ਨੀਂਦਰ ਆਉਂਦੀ ਹੈ ਕਿ ਯਾਰ ਆਪਣਾ ਕੰਮ ਭੁਗਤ ਗਿਆ, ਆਪਣਾ ਕੰਮ ਭੁਗਤ ਗਿਆ। ਅਤੇ ਜਿਸ ਦਿਨ ਅੰਮ੍ਰਿਤ ਵੇਲਾ ਛੁੱਟ ਗਿਆ ਹੋਵੇ ਖਲਬਲੀ ਮਚੀ ਹੁੰਦੀ ਹੈ, ਅੰਦਰ ਖਲਬਲੀ ਮਚੀ ਹੁੰਦੀ ਹੈ। ਕਰਮਾ ਵਾਲਿਓ, ਨਾਮ ਤੋਂ ਬਿਨਾਂ ਢੋਈ ਨਹੀਂ, ਨਾ ਇੱਥੇ ਨਾ ਉੱਥੇ। ਲੋਕ ਸੁਖੀਏ ਪਰਲੋਕ ਸੁਹੇਲੇ ਜੇ ਕਰਨੇ ਨੇ ਫਿਰ ਨਾਮ ਦਾ ਪੱਲਾ ਪਕੜ ਲਓ, ਬੰਦਗੀ ਦਾ ਪੱਲਾ ਪਕੜ ਲਓ, ਜਪੋ, ਬਸ ਜਪੋ, ਕੁਝ ਵੀ ਜਪੋ, ਵਾਹਿਗੁਰੂ ਵਾਹਿਗੁਰੂ ਕਰ ਲਓ, ਮੂਲ ਮੰਤਰ ਦਾ ਜਾਪ ਕਰ ਲਓ, ਕੁਝ ਵੀ ਜਪ ਲਓ ਸਾਸਕ, ਪਰ ਜਪੋ। ਤਾਂ ਹੀ ਸਾਹਿਬ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ, ਕਹਿੰਦੇ ਜਪੋ ਭਾਈ, ਕਿਉਂਕਿ ਜਪੇ ਤੇ ਉਧਾਰ ਹੈ। ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ, ਜਪੇ ਤੇ ਉਧਾਰ ਹੈ ਜੀ, ਜਪ ਹਰ ਭਉ ਜਲ ਤਰਨਾ। ਗੁਰੂ ਨਾਨਕ ਸਾਹਿਬ ਮਿਹਰ ਕਰਨ, ਬਖਸ਼ਿਸ਼ ਭਰਿਆ ਹੱਥ ਰੱਖ।